ਆਓ ਜਾਣਦੇ ਹਾਂ ਦੋਸਤੋ ਦਲੀਪ ਸਿੰਘ ਰਾਣਾ ਤੋਂ ਲੈ ਕੇ ਖਲੀ ਬਣਨ ਦਾ ਸਫ਼ਰ, ਦ ਗ੍ਰੇਟ ਖਲੀ ਕਿਵੇਂ ਬਣਿਆ ਖਲੀ। ਗ੍ਰੇਟ ਖਲੀ ਇੱਕ ਪ੍ਰੋਫੈਸ਼ਨਲ ਰੈਸਲਰ, ਪ੍ਰਮੋਟਰ, ਮਾਡਲ, ਐਕਟਰ ਰਿਹਾ ਹੈ। ਆਓ ਜਾਣਦੇ ਹਾਂ ਅਗਲਾ ਸਫ਼ਰ। ਦਲੀਪ ਸਿੰਘ ਰਾਣਾ ਜੀ ਨੂੰ ਸੋਨੇ ਦਾ ਤਮਗਾ ਪਾ ਕੇ ਸਨਮਾਨ ਕੀਤਾ ਜਾ ਰਿਹਾ। ਰੈਸਲਿੰਗ ਦੀ ਦੁਨੀਆ ਵਿੱਚ ਗ੍ਰੇਟ ਖਲੀ ਦੇ ਨਾਮ ਨਾਲ ਜਾਣੇ ਜਾਂਦੇ ਜਗਤ ਪ੍ਰਸਿੱਧ ਦਲੀਪ ਸਿੰਘ ਰਾਣਾ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਤਰਿਆਣਾ ਵਿੱਚ 27 ਅਗਸਤ 1972 ਨੂੰ ਹੋਇਆ। ਆਪਣੀ ਧਰਤੀ ਨਾਲ ਜੁੜੇ ਇਸ ਹੀਰੇ ਖਿਡਾਰੀ ਨੇ 2007-08 ਦੇ ਵਿੱਚ WWE ਦਾ ਤਾਜ ਪਹਿਨ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਅਤੇ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਸ਼ਾਨਦਾਰੀ ਅਦਾਕਾਰੀ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਜਲੰਧਰ ਦੇ ਪਿੰਡ ਕੰਗਣਾਵਲ ਵਿੱਚ CWE ਅਕੈਡਮੀ ਚਲਾ ਕੇ ਰੈਸਲਿੰਗ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਸ਼ਾਹ ਦੇਣ ਦਾ ਮਹੱਤਵਪੂਰਨ ਕਾਰਜ ਕੀਤਾ ਕਰ ਰਹੇ ਹਨ। ਖਲੀ ਜੀ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ 26ਵੇਂ ਧੀਆਂ ਦੇ ਲੋਹੜੀ ਮੇਲੇ 'ਤੇ ਦ ਗ੍ਰੇਟ ਖਲੀ ਨੂੰ ਮੁਹੰਮਦ ਅਲੀ ਯਾਦਗਾਰੀ ਅਵਾਰਡ ਪ੍ਰਦਾਨ ਕਰਦਿਆਂ ਮਾਣ ਅਤੇ ਖੁਸ਼ੀ ਮਹਿਸੂਸ ਕਰਦੇ ਹਨ। ਮੁਹੰਮਦ ਅਲੀ ਇੱਕ ਗ੍ਰੇਟ ਬੋਕਸਰ ਹੋਏ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਅਵਾਰਡ ਮੁਹੰਮਦ ਅਲੀ ਯਾਦਗਾਰੀ ਅਵਾਰਡ ਦ ਗ੍ਰੇਟ ਖਲੀ ਜੀ ਨੂੰ। ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਕਾਰਵਾਈ ਚਲਾਉਣ ਚਲੋ ਪ੍ਰਦਾਨ ਕੀਤਾ। ਡਿਪਟੀ ਕਮਿਸ਼ਨਰ ਸਾਹਿਬ ਖਲੀ ਜੀ ਅੱਗੇ ਦੋਸ਼ ਆਪਣੇ ਕਾਂਸੀ ਜੀ, ਕਾਂਸੀ ਜੀ ਮੈਡਲ ਪਾਓ, ਅਮਰਿੰਦਰ ਸਿੰਘ ਕਾਂਸੀ ਜੀ ਭਾਵੇਂ ਆਪਾਂ ਜਾਂ ਬਾਅਦ ਚੋਂ ਆਪਣੀ ਫੋਟੋ ਕਰਾਉਣੀ ਆ। ਕਾਂਸੀ ਜੀ ਖਲੀ ਜੀ ਦਾ ਇੱਕ ਮਿੰਟ। ਤੋ ਅਸੀਂ ਇਸ ਚੈਨਲ ਦੇ ਜ਼ਰੀਏ ਵੱਖ ਵੱਖ ਸਮਾਜ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਤੁਹਾਡੀ ਕਰਵਾਉਂਦੇ ਰਹਿੰਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਨਲਾਈਨ ਲੁਧਿਆਣਾ, ਧੰਨਵਾਦ ਦੋਸਤੋ।